ਕੱਤਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕੱਤਕ ਅਤੇ ਪੋਹ ਦਾ ਮਹੀਨਾ ਲੋਕਾਂ ਨੇ ਮਾੜਾ ਸਮਝਿਆ ਹੈ। ਜੇ ਇਹਨਾਂ ਦੋਹਾਂ ਮਹੀਨਿਆਂ ਵਿੱਚ ਕਿਸੇ ਦੇ ਘਰ ਪੁੱਤਰ ਪੈਦਾ ਹੋਵੇ ਤਾਂ ਚੰਗਾ ਨਹੀਂ ਸਮਝਦੇ। ਇਹਨਾਂ ਦੋਹਾਂ ਮਹੀਨਿਆਂ ਨੂੰ ਭਾਗ ਲਾਉਣ ਵਾਸਤੇ ਅਤੇ ਭਰਮ ਮੇਟਣ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਸਵਈਏ ਮਹੱਲੇ ਤੀਜੇ ਕੇ ਕੀਰਤ ਭੱਟ ਅੰਗ 1395। ਗਰੀਬ ਨਿਵਾਸ ਸਤਿਗੁਰੂ ਨਾਨਕ ਦੇਵ ਜੀ ਨੇ ਕੱਤਕ ਦੀ ਪੂਰਨਮਾਸੀ ਨੂੰ ਅਵਤਾਰ ਧਾਰਿਆ ਹੈ ਅਤੇ ਪੋਹ ਵਿੱਚ ਦਸਵਾਂ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋ ਕੇ ਪ੍ਰਗਟੇ। ਇਸ ਲਈ ਇਹ ਦੋਵੇਂ ਮਹੀਨੇ ਧੰਨਤਾ ਯੋਗ ਹਨ, ਕਿਉਂਕਿ ਆਪ ਦਾ ਤਾਂ ਇਹ ਸੁੱਤੇ ਸਿੱਧ ਹੀ ਬਿਰਧ ਹੈ। ਜਾਕੀ ਛੋਤ ਜਗਤ ਕਉ ਲਾਗੈ, ਤਾ ਪਰ ਤੂਹੀ ਧਰੈ, ਨੀਚੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਮਾਰੂ ਰਵਿਦਾਸ ਜੀ, ਅੰਗ 1106। ਗਰੀਬ ਨਿਵਾਜ ਨੇ ਇਸ ਮਹੀਨੇ ਨੂੰ ਵੀ ਮਾੜੇ ਤੋਂ ਚੰਗਾ ਬਣਾਇਆ ਹੈ। ਕੱਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਕੱਤਕ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਜੀਵ ਜਿਸ ਤਰ੍ਹਾਂ ਦੇ ਕਰਮ ਕਮਾਉਂਦੇ ਹਨ ਤਿਸ ਤਰ੍ਹਾਂ ਦੇ ਫਲ ਭੋਗਦੇ ਹਨ। ਕਿਸੇ ਦੂਜੇ ਨੂੰ ਦੋਸ਼ ਦੇਣਾ ਯੋਗ ਨਹੀਂ। ਵਿਦਵਾਨਾਂ ਨੇ ਕਰਮ ਦੋ ਪ੍ਰਕਾਰ ਦੇ ਲਿਖੇ ਹਨ। ਵਿਹਤ ਕਰਮ, ਉਹ ਕਰਮ ਜਿਸਦੇ ਕਰਨ ਦੀ ਗੁਰੂ ਤੇ ਸ਼ਾਸਤਰ ਨੇ ਆਗਿਆ ਕੀਤੀ ਹੈ, ਭਾਵ ਸ਼ੁਭ ਕਰਮ। ਇਹ ਕਰਮ ਅੱਗੋਂ ਪੰਜ ਪ੍ਰਕਾਰ ਦੇ ਹਨ। ਨਿਤ ਕਰਮ, ਉਹ ਸ਼ੁਭ ਕਰਮ ਜੋ ਹਰ ਰੋਜ਼ ਕੀਤਾ ਜਾਵੇ। ਜਥਾ ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆਂ ਉੱਠਦਿਆਂ ਹਰ ਨਾਮ ਧਿਆਵੈ। ਗੌੜੀ ਕੀ ਵਾਰ ਮਹੱਲਾ ਚੌਥਾ, ਅੰਗ 305। ਨਿਮਿਤ ਕਰਮ, ਉਹ ਸ਼ੁਭ ਕਰਮ ਜੋ ਕਿਸੇ ਗੁਰਪੁਰਬ ਜਾਂ ਕਿਸੇ ਖਾਸ ਸਮੇਂ ਤੇ ਕਿਸੇ ਖਾਸ ਕਾਰਨ ਨੂੰ ਲੈ ਕੇ ਕੀਤਾ ਜਾਵੇ। ਜਥਾ ਕੁਰਬਾਣੀ ਤਿੰਨਾਂ ਗੁਰਸਿੱਖਾਂ, ਭਾਏ ਭਗਤ ਗੁਰਪੁਰਬ ਕਰਨ ਦੇ। ਭਾਈ ਗੁਰਦਾਸ ਜੀ, ਵਾਰ 12ਵੀਂ ਪੌੜੀ ਦੂਜੀ। ਸਕਾਮ ਕਰਮ, ਜਿਹੜੇ ਕਰਮ ਕਿਸੇ ਕਾਮਨਾ ਨੂੰ ਲੈ ਕੇ ਕੀਤੇ ਜਾਣ, ਜਿਵੇਂ ਸ੍ਰੀ ਅਖੰਡ ਪਾਠ, ਸਹਿਜ ਪਾਠ, ਕੀਰਤਨ, ਲੰਗਰ, ਜਾਪ, ਪੁੰਨ ਦਾਨ ਆਦਿ। ਨਿਸ਼ਕਾਮ ਕਰਮ, ਗੁਰੂ ਜਾਂ ਪਰਮੇਸ਼ਰ ਦੀ ਪ੍ਰਸੰਨਤਾ ਲਈ ਕਰਮ ਕਰਨਾ। ਜਥਾ ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਅੰਗ 286। ਪ੍ਰਾਸ਼ਚਿਤ ਕਰਮ, ਆਪਣੀ ਕੀਤੀ ਭੁੱਲ ਜਾਂ ਕੁਰਹਿਤ ਦੀ ਮੁਆਫੀ ਹਿੱਤ ਲੱਗੀ ਤਨਖਾਹ ਜਾਂ ਪਾਪ ਦੀ ਨਿਵਿਰਤੀ ਲਈ ਪੁੰਨ ਕਰਨਾ। ਅਵਿਹਤ ਕਰਮ, ਉਹ ਕਰਮ ਜਿਸਦੇ ਕਰਨ ਦੀ ਗੁਰੂ ਤੇ ਸ਼ਾਸਤਰ ਨੇ ਮਨਾਹੀ ਕੀਤੀ ਹੈ, ਭਾਵ ਅਸ਼ੁਭ ਕਰਮ। ਚਾਰ ਕੁਰਹਿਤਾਂ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਅਧੀਨ ਕੀਤੇ ਕਰਮ ਅਸ਼ੁਭ ਹਨ। ਚੁਗਲੀ, ਈਰਖਾ, ਦਵੈਸ਼, ਆਸਾ, ਤ੍ਰਿਸ਼ਨਾ ਆਦਿ ਔਗਣ ਸਾਰੇ ਹੀ ਅਵਿਹਤ ਕਰਮ ਹਨ। ਸਾਖੀ ਦਿਬਿਓ ਦਾਸ ਦੀ ਲੜਕੀ ਦੀ। ਦਿਬਿਓ ਦਾਸ ਰਾਜੇ ਦੀ ਇੱਕ ਬਾਲੀ ਲੜਕੀ ਸੀ।
ਇਸ ਦੇ ਲਾਵਾਂ ਸਮੇਂ 21 ਪਤੀ ਮਰੇ ਸਨ। ਜੰਗਲ ਵਿੱਚ ਰੋਂਦੀ ਵੇਖ ਕੇ ਤੋਤੀ ਤੋਤੇ ਨੇ, ਜਿਨ੍ਹਾਂ ਨੂੰ ਪਿਛਲੇ ਜਨਮ ਦੀ ਗਿਆਤ ਸੀ ਪਰ ਕਿਸੇ ਪਾਪ ਕਰਕੇ ਇਹ ਜਨਮ ਮਿਲਿਆ ਸੀ, ਕਿਹਾ ਕਿ ਇਹ ਪਿਛਲੇ ਜਨਮ ਵਿੱਚ ਇੱਕ ਬ੍ਰਾਹਮਣ ਦੀ ਲੜਕੀ ਸੀ। ਇਸ ਦੇ ਪਿਤਾ ਨੇ ਇੱਕ ਆਪਣੇ ਵਿਦਿਆਰਥੀ ਨਾਲ ਇਸ ਦੀ ਸ਼ਾਦੀ ਕਰ ਦਿੱਤੀ ਸੀ, ਪਰ ਜਦੋਂ ਪਿਤਾ ਮਰ ਗਿਆ ਤਾਂ ਵਿਭਚਾਰਨ ਬਣ ਗਈ ਅਤੇ ਪਤੀ ਨੂੰ ਘਰੋਂ ਕੱਢ ਦਿੱਤਾ। ਫਿਰ ਹੋਰਨਾਂ ਨੂੰ ਖੋਟੀ ਸਿੱਖਿਆ ਦੇ ਕੇ ਵਿਭਚਾਰ ਕਰਾਉਂਦੀ ਰਹੀ। ਇਸ ਤਰ੍ਹਾਂ ਕਈ ਸਤੀਆਂ ਨੂੰ ਆਪਣੇ ਪਤੀਆਂ ਨਾਲੋਂ ਵਿਛੋੜਿਆ ਸੀ, ਤਾਂ ਹੁਣ ਇਸ ਜਨਮ ਵਿੱਚ ਪਿਛਲੇ ਕੀਤੇ ਹੋਏ ਪਾਪ ਕਰਕੇ ਇਸਦਾ ਕੋਈ ਵੀ ਪਤੀ ਬਚਦਾ ਨਹੀਂ ਹੈ। ਜਥਾ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੈ ਦੀਏ, ਕਿਸ ਕੋ ਦੋਸ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਮਾਰੂ ਮਹੱਲਾ ਪਹਿਲਾ ਅੰਗ 1030। ਧ੍ਰਿਤਰਾਸ਼ਟਰ ਨੇ ਪਿਛਲੇ ਜਨਮ ਵਿੱਚ ਹੰਸਾਂ ਦਾ 100 ਬੱਚਾ ਮਾਰ ਕੇ ਖਾਧਾ ਸੀ, ਜਿਸ ਪਾਪ ਕਰਕੇ ਉਸਦੇ 100 ਪੁੱਤਰ ਜੰਗ ਵਿੱਚ ਮਰੇ ਸਨ, ਅਤੇ ਪਿਛਲੇ 106ਵੇਂ ਜਨਮ ਵਿੱਚ ਉਸਨੇ ਛੋਟੀ ਅਵਸਥਾ ਵਿੱਚ ਟਿੱਡੇ ਦੀਆਂ ਅੱਖਾਂ ਕੱਢੀਆਂ ਸਨ, ਜਿਸ ਕਰਕੇ ਅੰਨਾ ਜਨਮਿਆ ਸੀ। ਇਸ ਲਈ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਜਥਾ ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਰਾਗ ਆਸਾ ਮਹੱਲਾ ਪਹਿਲਾ ਅੰਗ 433। ਆਪਾਂ ਨੂੰ ਚਾਹੀਦਾ ਹੈ ਕਿ ਮਾੜੇ ਕੀਤੇ ਹੋਏ ਕਰਮਾਂ ਨੂੰ ਬਖਸ਼ਾਉਣ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਮਨ ਬਾਣੀ ਸਰੀਰ ਕਰਕੇ ਨਿਮਰਤਾ ਸਹਿਤ ਬੇਨਤੀ ਕਰੀਏ। ਜਿਸ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਨੀਚਾਂ ਤੋਂ ਊਚ ਕੀਤਾ ਹੈ, ਸਾਡੇ ਉੱਪਰੋਂ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਅਤੇ ਸਾਨੂੰ ਅਕਾਲ ਪੁਰਖ ਦੇ ਲੜ ਲਾਇਆ ਹੈ। ਇਸ ਲਈ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਦੇਹਧਾਰੀ ਪਖੰਡੀ ਨੂੰ ਗੁਰੂ ਮੰਨਾਂਗੇ ਜਾਂ ਦੇਵੀ ਦੇਵਤਿਆਂ ਨੂੰ ਗੁੱਗਾ ਮੜੀ ਮਸਾਣੀ ਢੋਲ ਢਮੱਕਾ ਸਰਵਰ ਦਾ ਕਾਲੀ ਕਲਕੱਤੇ ਵਾਲੀ ਆਦਿਕ ਨੂੰ ਮੰਨਾਂਗੇ ਤਾਂ ਆਪਣੇ ਗੁਰੂ ਪਿਤਾ ਜੀ ਦੇ ਹੁਕਮ ਤੋਂ ਉਲਟ ਹੋਵਾਂਗੇ। ਹੁਕਮ ਤਾਂ ਇਹ ਹੈ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮੱਟ ਭੂਲ ਨ ਮਾਨੈ। ਦਸਮ ਅੰਗ 712। ਬਿਨ ਕਰਤਾਰ ਨ ਕਿਰਤਮ ਮਾਨੋ, ਆਦ ਅਜੋਨ ਅਜੈ ਅਭਿਨਾਸੀ, ਤੇ ਪਰਮੇਸਰ ਜਾਨੋ। ਰਾਗ ਕਲਿਆਣ ਪਾਤਸ਼ਾਹੀ ਦਸਮੀ ਅੰਗ 710। ਪਰ ਅਸੀਂ ਕਿਤਨੇ ਕੁਕਰਮੀ ਤੇ ਅਕਿਰਤ ਘਣ ਹਾਂ ਜੋ ਵਾਹਿਗੁਰੂ ਨੂੰ ਭੁਲਾਈ ਬੈਠੇ ਹਾਂ, ਤਦੇ ਹੀ ਤਾਂ ਅਸੀਂ ਰੋਗੀ ਅਤੇ ਦੁਖੀ ਹਾਂ। ਪਰਮੇਸ਼ਰ ਤੇ ਭੁੱਲੇ ਹਾਂ ਵਿਆਪਨ ਸਭੇ ਰੋਗ, ਪਰਮੇਸ਼ਰ ਤੋਂ ਭੁੱਲਣ ਕਰਕੇ ਇਸ ਜੀਵ ਨੂੰ ਸਾਰੇ ਰੋਗ ਆ ਕੇ ਵਿਆਪਦੇ ਹਨ। ਸਾਡੇ ਅੰਦਰ ਅਗਿਆਨ ਹੋਣ ਕਰਕੇ ਹੰਗਤਾ ਬੁੱਧੀ ਹੈ। ਜਥਾ ਅੰਤਰ ਅਗਿਆਨ ਹੋ ਬੁੱਧ ਹੈ, ਸੱਚ ਸ਼ਬਦ ਮਲ ਖੋਹ। ਆਸਾ ਮਹੱਲਾ ਤੀਜਾ ਅੰਗ 441। ਹੰਗਤਾ ਤੋਂ ਰਾਗ ਦਵੈਖ ਪੈਦਾ ਹੁੰਦੇ ਹਨ, ਜਿਨ੍ਹਾਂ ਕਰਕੇ ਫਿਰ ਸਾਨੂੰ ਰੋਗ ਲੱਗ ਜਾਂਦੇ ਹਨ ਜੋ ਕਈ ਪ੍ਰਕਾਰ ਦੇ ਮੰਨੇ ਹਨ, ਆਦੀ ਵਿਆਦੀ ਉਪਾਧੀ ਆਦਿ ਵਾ। ਹਉਮੈ ਦੀਰਘ ਰੋਗ ਹੈ ਆਸਾ ਦੀ ਵਾਰ ਮਹੱਲਾ ਪਹਿਲਾ।
ਅੰਗ 466 ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਜਿਹੜੇ ਪੁਰਸ਼ ਰਾਮ ਤੋਂ ਬੇਮੁਖ ਹੋਏ ਹਨ ਉਸ ਦਾ ਸਿਮਰਨ ਨਹੀਂ ਕਰਦੇ ਅਤੇ ਹੋਰਨਾਂ ਨੂੰ ਸੇਵਦੇ ਹਨ ਉਹਨਾਂ ਨੂੰ ਜਨਮ ਮਰਨ ਦੇ ਵਿਯੋਗ ਦੁੱਖ ਲੱਗ ਜਾਂਦੇ ਹਨ। ਵਾ ਜਨਮਾਂ ਜਨਮਾਂ ਦਾ ਵਿਛੋੜਾ ਪੈਂਦਾ ਹੈ। ਜਥਾ ਹਰ ਪਦ ਬਿਮੁਖ ਤਿੰਨ ਨਹਿ ਵਿਸਰਾਮ ਆਵਾ ਗੌਨ ਬਹੁ ਜੋਨ ਪਰਮਾਮ। ਸ੍ਰੀ ਸਰਬਲੋਹ ਗ੍ਰੰਥ ਅੰਗ 1027 84 ਲੱਖ ਜੂਨਾਂ ਭੋਗ ਕੇ ਫਿਰ ਕਿਤੇ ਮਨੁੱਖਾ ਜਨਮ ਮਿਲਦਾ ਹੈ। ਜਥਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ ਮਿਲਣ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ਰਹਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ 184 ਜੋਨ ਪਰਮਾਇਆ। ਸਾਧ ਸੰਗਤ ਭਇਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤਿ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰਹਿ ਦਰਗਹਿ ਪਰਵਾਨ। ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅੰਗ 176 ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਤਨੇ ਕੋ ਮਾਇਆ ਦੇ ਭੋਗ ਪਦਾਰਥ ਮਿੱਠੇ ਲੱਗ ਰਹੇ ਸਨ ਉਹ ਸਾਰੇ ਦੇ ਸਾਰੇ ਇੱਕ ਖਿਨ ਵਿੱਚ ਕੌੜੇ ਦੁਖਦਾਈ ਹੋ ਗਏ। ਜਥਾ ਦੇਖ ਫਰੀਦਾ ਜੇਥੀਆ ਸੱਕਰ ਹੋਈ ਵਿਸ ਸਾਈ ਬਾਜੋ ਆਪਣੇ ਵੇਦਨ ਕਹੀਐ ਕਿਸ। ਸਲੋਕ ਸੇਖ ਫਰੀਦ ਜੀ ਅੰਗ 1378 ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਕੌੜਾ ਹੋਏ ਪਤਿਸ਼ਟਿਆ ਪਿਆਰੇ ਤਿਸਤੇ ਉਪਜਿਆ ਸੋਗ। ਸੋਰਠ ਮਹੱਲਾ ਪੰਜਵਾਂ ਅੰਗ 641 ਜੇ ਸੋ ਵਰਿਆ ਮਿੱਠਾ ਖਾਜੈ ਭੀ ਫਿਰ ਕੌੜਾ ਖਾਏ ਮਿੱਠਾ ਖਾਧਾ ਚੇਤਨਾ ਆਵੈ ਕੌੜਤਣ ਧਾਏ ਜਾਏ। ਸਾਰੰਗ ਕੀ ਵਾਰ ਸਲੋਕ ਮਹੱਲਾ ਪਹਿਲਾ ਅੰਗ 1243 ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ। ਇਸ ਜੀਵ ਦੀ ਵਿੱਚ ਵਿਚੋਲਗੀ ਵਕੀਲੀ ਜਾਂ ਸਿਫਾਰਸ਼ ਕੋਈ ਨਹੀਂ ਕਰ ਸਕਦਾ ਕਿਸ ਦੇ ਅੱਗੇ ਜਾ ਕੇ ਰੋਜ਼ ਰੋਣਾ ਕਰੇ। ਦੱਸੋ ਫਿਰ ਸਤਿਗੁਰਾਂ ਤੋਂ ਬਿਨਾਂ ਵਿਚੋਲਾ ਬਣ ਕੇ ਕਿਹੜਾ ਜਮਾਂ ਤੋਂ ਛੁਡਾਵੇਗਾ। ਇਸ ਵਾਸਤੇ ਸਤਿਗੁਰਾਂ ਨੂੰ ਵਿਚੋਲਾ ਬਣਾਓ ਅੰਮ੍ਰਿਤ ਛਾਕੇ ਸਿੰਘ ਸਜੋ ਤੇ ਫਿਰ ਮੁੱਖੋਂ ਇਉਂ ਕਹੋ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਅੰਗ 964 ਜੇਕਰ ਕੋਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਜਾਂ ਬੰਦੇ ਨੂੰ ਵਿਚੋਲਾ ਬਣਾਵੇਗਾ ਤਾਂ ਪਿੱਛੋਂ ਪਸ਼ਚਾਤਾਪ ਕਰਨ ਅਤੇ ਰੋਣ ਤੋਂ ਬਿਨਾਂ ਹੋਰ ਕੁਝ ਹੱਥ ਨਹੀਂ ਆਉਣਾ ਕਿਉਂਕਿ ਦੁਨੀਆਂ ਨਾ ਸਾ ਲਾਹੇ ਜੋ ਮਰ ਵੰਝ ਸੀ ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਰਾਗ ਸੂਹੀ ਮਹੱਲਾ ਤੀਜਾ ਅੰਗ 755 ਕੀਤਾ ਕਿਸ਼ੂ ਨ ਹੋਵਈ। ਜੀਵ ਦਾ ਆਪਣਾ ਕੀਤਾ ਕੁਝ ਨਹੀਂ ਹੁੰਦਾ। ਜਿਨ੍ਹਾਂ ਪੁਰਖਾਂ ਨੇ ਸਤਸੰਗਤ ਕਰਕੇ ਸਾਰੀ ਉਮਰ ਭਜਨ ਬੰਦਗੀ ਕੀਤੀ ਹੈ ਉਹਨਾਂ ਨੇ ਗੁਣਾਂ ਦੇ ਬੋਹਲ ਲਾ ਲਏ ਹਨ।
ਪਰ ਜਿਨ੍ਹਾਂ ਨੇ ਸਾਰੀ ਉਮਰ ਵਿੱਚ ਕਦੇ ਵੀ ਕੋਈ ਚੰਗਾ ਕੰਮ ਨਹੀਂ ਕੀਤਾ, ਸਗੋਂ ਪਰਾਈ ਨਿੰਦਾ, ਚੋਰੀ ਜਾਰੀ ਆਦਿ ਵਿੱਚ ਲਗਾਈ ਹੈ, ਉਹ ਸਰੀਰ ਦੇ ਨਾਸ ਹੋਣ ਸਮੇਂ ਕਹੇ ਕਿ ਮੈਂ ਹੁਣ ਸਿਮਰਨ ਕਰਕੇ ਛੁੱਟ ਜਾਵਾਂ ਤਾਂ ਨਹੀਂ ਛੁੱਟ ਸਕਦਾ। ਜਥਾ ਜੈਸੇ ਘਰ ਲਾਗੈ ਆਗ, ਜਾਗ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ। ਜੈਸੇ ਤੋ ਸੰਗਰਾਮ ਸਮੈ ਸਿੱਖਿਓ ਚਾਹੈ ਵੀਰ ਵਿਦਿਆ, ਅਨਿਥਿਆ ਉਦਮ ਜੈਤ ਪਦਵੀ ਨਾ ਪਾਈਐ। ਜੈਸੇ ਨਿਸ ਸੋਗਤ ਸੰਗਾਤੀ ਚੱਲ ਜਾਤ ਪਾਛੇ, ਭੋਰ ਭਏ ਭਾਰ ਬਾਂਧ ਚਲੇ ਕਤ ਜਾਈਐ, ਤੈਸੇ ਮਾਇਆ ਧੰਦ ਅੰਧ ਅਵਧ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਐ। ਕਬਿੱਤ ਸਵਈਏ ਭਾਈ ਗੁਰਦਾਸ ਜੀ, ਜਿਵੇਂ ਸੁੱਤੇ ਪਿਆਂ ਘਰ ਵਿੱਚ ਅੱਗ ਲੱਗਣ ਤੇ ਕੋਈ ਜਾਗ ਕੇ ਖੂਹ ਪੁੱਟਣਾ ਚਾਹੇ ਤਾਂ ਕਾਰਜ ਸਫਲ ਨਹੀਂ ਹੁੰਦਾ, ਸਗੋਂ ਰੋ ਕੇ ਪਛਤਾਉਣਾ ਪੈਂਦਾ ਹੈ। ਜਿਵੇਂ ਕੋਈ ਯੁੱਧ ਸਮੇਂ ਯੁੱਧ ਵਿਦਿਆ ਸਿੱਖਣੀ ਚਾਹੇ ਤਾਂ ਇਹ ਉਦਮ ਫਜ਼ੂਲ ਹੈ, ਇਉਂ ਜਿੱਤ ਦੀ ਪਦਵੀ ਨਹੀਂ ਪਾਈ ਜਾ ਸਕਦੀ। ਜਿਵੇਂ ਕਿਸੇ ਯਾਤਰਾ ਸਮੇਂ ਰਾਤ ਨੂੰ ਸੌ ਜਾਣ ਕਰਕੇ ਨਾਲ ਦੇ ਯਾਤਰੂ ਸਾਥੀ ਤੁਰ ਜਾਣ ਤਾਂ ਪਿੱਛੋਂ ਪ੍ਰਭਾਤ ਹੋਣ ਤੇ ਭਾਰ ਬੰਨ ਕੇ ਉਹ ਅਣਜਾਣ ਕਿੱਥੇ ਚੱਲ ਕੇ ਜਾਵੇਗਾ। ਇਸੇ ਤਰ੍ਹਾਂ ਅਗਿਆਨੀ ਪ੍ਰਾਣੀ ਦੀ ਮਾਇਆ ਦੇ ਧੰਦਿਆਂ ਵਿੱਚ ਉਮਰਾਂ ਬੀਤ ਜਾਂਦੀ ਹੈ। ਮਾਇਆ ਗ੍ਰਸੀ ਸੁਰਤ ਵਾਲਾ ਪ੍ਰਾਣੀ ਅੰਤ ਕਾਲ ਕਿਵੇਂ ਹਰੀ ਨਾਮ ਵਿੱਚ ਲਿਵ ਲਾ ਸਕਦਾ ਹੈ? ਸੋ ਸਰੀਰ ਰੂਪ ਘਰ ਹੈ, ਇਸ ਨੂੰ ਕਾਲ ਰੂਪ ਅੱਗ ਤੋਂ ਅਮਰ ਕਰਨ ਲਈ ਜੇ ਕੋਈ ਚਾਹੇ ਕਿ ਜਪ ਤਪਾਦਕ ਸਾਧਨਾ ਰੂਪ ਪਾਣੀ ਕੱਢ ਲਵਾਂ, ਇਹ ਅਸੰਭਵ ਹੈ। ਇਸ ਲਈ ਪਹਿਲਾਂ ਤੋਂ ਹੀ ਸਿਮਰਨ ਵਿੱਚ ਜੁੜਨ ਦੀ ਆਗਿਆ ਹੈ। ਅੰਤ ਵੇਲੇ ਕੀਤਾ ਹੋਇਆ ਕੁਛ ਨਹੀਂ ਹੋਣਾ। ਜਥਾ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੇ ਰੇ ਮਨ ਸਾਰਿਗ ਪਾਨੀ, ਅਬਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨ ਭਜਿਆ ਜਾਈ, ਜੋ ਕਿਛੁ ਕਰੈ ਸੋਈ ਅਬਸਾਰ, ਫਿਰ ਪਛਤਾਹ ਨ ਪਾਵੋ ਪਾਰ। ਭੈਰੋ ਕਬੀਰ ਜੀ, ਅੰਗ 1159। ਲਿਖਿਆ ਧੁਰ ਸੰਯੋਗ, ਇਹਨਾਂ ਜੀਵਾਂ ਦਾ ਸੰਯੋਗ ਵਿਯੋਗ ਧੁਰ ਤੋਂ ਹੀ ਲਿਖਿਆ ਹੋਇਆ ਹੈ। ਜਥਾ ਸਰਬ ਜੀਆ ਸਿਰ ਲੇਖ ਧੁਰਾਹੂ, ਬਿਨ ਲੇਖੈ ਨਹੀਂ ਕੋਈ ਜੀਓ। ਸੋਰਠ ਮਹੱਲਾ ਪਹਿਲਾ, ਅੰਗ 598। ਸਾਹੇ ਲਿਖੇ ਨਾ ਚੱਲਨੀ, ਜਿੰਦੂ ਕੂੰ ਸਮਝਾਏ, ਜਿੰਦ ਬਹੁਟੀ ਮਾਰਨ ਵਾਰ, ਲੈ ਜਾਸੀ ਪਰਣ ਆਏ। ਸਲੋਕ ਸੇਖ ਫਰੀਦ ਜੀ, ਅੰਗ 1377। ਕਣ ਕਹਲੇ ਸਭ ਦਿਵਸ ਸਾਸ, ਨਹਿ ਬਡਨ ਘਟਨ ਤਿਲ ਸਾਰ, ਜੀਵਨ ਲੋ ਰਹਿ ਭਰਮ ਮੋਹ, ਨਾਨਕ ਤੇਉ ਗਵਾਰ। ਗੌੜੀ ਬਾਵਨ ਅਖਰੀ ਮਹੱਲਾ ਪੰਜਵਾਂ, ਅੰਗ 254। ਇੱਥੋਂ ਤੱਕ ਕਰਮਾਂ ਦੀ ਗਤੀ ਕਹੀ ਹੈ, ਅੱਗੇ ਕਰਨੀ ਫਰਮਾਉਂਦੇ ਹਨ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਬਿਯੋਗ, ਜਦ ਵੱਡਿਆਂ ਭਾਗਾਂ ਕਰਕੇ ਮੇਰਾ ਪ੍ਰਭੂ ਮਿਲ ਜਾਵੇ ਤਾਂ ਸਾਰੇ ਬਿਯੋਗ ਦੁੱਖ ਉਤਰ ਜਾਂਦੇ ਹਨ। ਪੂਰਬਲੇ ਵੱਡੇ ਭਾਗ ਹੋਣ ਤਾਂ ਸਤਸੰਗਤ ਪ੍ਰਾਪਤ ਹੁੰਦੀ ਹੈ, ਅਤੇ ਸਤਸੰਗਤ ਦੁਆਰਾ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਦੀ ਪ੍ਰਾਪਤੀ ਹੋਣ ਕਰਕੇ ਸਭ ਜਨਮਾਂ ਦੇ ਵਿਛੋੜੇ ਦੂਰ ਹੋ ਜਾਂਦੇ ਹਨ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ,
ਗੁਰੂ ਜੀ ਕਥਨ ਕਰਦੇ ਹਨ, ਇੰਜ ਬੇਨਤੀ ਕਰੋ ਹੇ ਮੇਰੇ ਸਾਹਿਬ, ਬੰਦੀ ਖਾਨੇ ਤੋਂ ਮੋਚ ਛਡਾਉਣ ਵਾਲੇ ਪ੍ਰਭ ਰੱਖਕ, ਆਪ ਮੈਨੂੰ ਰੱਖ ਲੈਣਾ ਕਰੋ ਜੀ, ਜਿਵੇਂ ਆਪ ਜੀ ਨੇ ਏਮਨਾਬਾਦ ਵਿੱਚ ਬਾਬਰ ਦੀ ਜੇਲ੍ਹ ਵਿੱਚੋਂ ਕੈਦੀ ਛੁਡਵਾਏ, ਫਿਰ ਛੇਵੇਂ ਸਰੂਪ ਵਿੱਚ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਛੁਡਵਾਏ, ਦਸਵੇਂ ਸਰੂਪ ਵਿੱਚ ਬਹਾਦਰ ਸ਼ਾਹ ਦੀ ਜਿੱਤ ਕਰਾ ਕੇ ਤਖ਼ਤ ਉੱਪਰ ਬਿਠਾ ਕੇ ਔਰੰਗਜ਼ੇਬ ਦੇ ਕੈਦ ਕੀਤੇ ਹੋਏ ਸਾਰੇ ਕੈਦੀ ਰਿਹਾਅ ਕਰਵਾਏ ਸਨ, ਜਿਵੇਂ ਆਪ ਜੀ ਨੇ ਸੱਚਖੰਡ ਗਮਨ ਤੋਂ 30 ਸਾਲ ਬਾਅਦ ਪੂਨੇ ਸਤਾਰੇ ਦੀ ਜੇਲ੍ਹ ਵਿੱਚੋਂ ਰੁਸਤਮ ਰਾਓ ਤੇ ਬਾਲਾ ਰਾਓ ਛੁਡਵਾਏ ਸਨ, ਅਤੇ ਆਪ ਜੀ ਨੇ ਜਿਵੇਂ ਮਾਤਾ ਦੇ ਗਰਭ ਰੂਪ ਬੰਦੀ ਖਾਨੇ ਵਿੱਚੋਂ ਛੁਡਵਾਇਆ ਹੈ, ਇਵੇਂ ਹੀ ਮਾਇਆ ਦੇ ਬੰਦੀ ਖਾਨੇ ਤੋਂ ਛੁਡਵਾ ਕੇ ਸਾਡੀ ਰੱਖਿਆ ਕਰੋ ਜੀ, 84 ਲੱਖ ਜੂਨਾਂ ਦੇ ਬੰਦੀ ਖਾਨੇ ਤੋਂ ਛੁਡਾਓ, ਆਪਣੇ ਬਣਾ ਕੇ ਰੱਖੋ ਜੀ, ਕੱਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ, ਕੱਤਕ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ, ਜੇ ਸਾਧ ਸੰਗਤ ਪ੍ਰਾਪਤ ਹੋ ਜਾਵੇ ਤਾਂ ਸਾਰੀਆਂ ਸੋਚਾਂ ਨਾਸ ਹੋ ਜਾਂਦੀਆਂ ਹਨ, ਕੇਵਲ ਸਾਧ ਸੰਗਤ ਹੀ ਹੈ ਜਿੱਥੋਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਭਾਣਾ ਮੰਨਣਾ, ਨਿਮਰੀ ਭੂਤ ਰਹਿਣਾ, ਪ੍ਰਾਰਬਧ ਅਨੁਸਾਰ ਜੋ ਪ੍ਰਾਪਤ ਹੋਵੇ ਉਸ ਵਿੱਚ ਹੀ ਸੰਤੋਖੀ ਰਹਿਣਾ ਆਦਿਕ ਸ਼ੁਭ ਗੁਣ ਪ੍ਰਾਪਤ ਕਰੀਦੇ ਹਨ, ਜਿਨ੍ਹਾਂ ਦੇ ਧਾਰਨ ਕਰਨ ਨਾਲ ਹਰ ਕਿਸਮ ਦੀ ਸੋਚ ਫਿਕਰ ਦਾ ਨਾਸ ਹੁੰਦਾ ਹੈ। ਸੋ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਵੀ ਸਾਧ ਸੰਗਤ ਬਖਸ਼ਣ, ਜਥਾ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉ ਰੰਗ। ਸ੍ਰੀ ਰਾਗ ਮਹੱਲਾ 5 ਅੰਗ 71। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਧਨਾਸਰੀ ਰਵਿਦਾਸ ਜੀ। ਅੰਗ 694। ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚਲ ਤੋ ਭਇਓ ਅਰੂੜਾ, ਜੈਤ ਸਰੀ ਮਹੱਲਾ 4। ਅੰਗ 698। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪਰਗਾਸ, ਗੌੜੀ ਸੁਖਮਨੀ ਮਹੱਲਾ 5। ਅੰਗ 290। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।